ਲੁਧਿਆਣਾ ਪੁਲਿਸ ਨੇ ਦੋਹਰੇ ਅੰਨੇ ਕਤਲ ਦੀ ਗੁੱਥੀ ਸੁਲਝਾਉਣ ਦੇ ਵਿੱਚ ਵੱਡੀ ਸਫਲਤਾ ਹਾਸਲ ਕੀਤੀ। ਇਸ ਮਾਮਲੇ ਦੇ ਵਿੱਚ ਦੋਸਤਾਂ ਦੇ ਵੱਲੋਂ ਹੀ ਦੋ ਦੋਸਤਾਂ ਦਾ ਕਤਲ ਕੀਤਾ ਗਿਆ ਸੀ, ਜਿਨ੍ਹਾਂ ਦੇ ਬਾਰੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਗੁੰਮ ਹੋਣ ਦੀਆਂ ਰਿਪੋਰਟਾਂ ਵੀ ਲਿਖਵਾਈਆਂ ਗਈਆਂ ਸਨ। ਲੁਧਿਆਣਾ ਪੁਲਿਸ ਨੇ ਮੁਸਤੈਦੀ ਵਰਤਦੇ ਹੋਏ 18 ਘੰਟਿਆਂ ਦੇ ਵਿੱਚ ਇਸ ਮਾਮਲੇ ਨੂੰ ਸੁਲਝਾਇਆ। ਇਸ ਮਾਮਲੇ ਦੇ ਵਿੱਚ 4 ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ, ਜਿਨ੍ਹਾਂ ਦੇ ਵਿੱਚੋਂ ਇੱਕ ਨੌਜਵਾਨ ਨਾਬਾਲਗ ਦੱਸਿਆ ਜਾ ਰਿਹਾ। ਪੁਲਿਸ ਕਮਿਸ਼ਨਰ ਲੁਧਿਆਣਾ ਮਨਦੀਪ ਸਿੰਘ ਸਿੱਧੂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਲੁਧਿਆਣਾ ਪੁਲਿਸ ਨੇ ਦੋਹਰੇ ਅੰਨੇ ਕਤਲ ਨੂੰ 18 ਘੰਟੇ ਸੁਲਝਾਇਆ ਹੈ। ਇਸ ਮਾਮਲੇ ਦੇ ਵਿੱਚ ਮ੍ਰਿਤਕਾਂ ਦੇ ਵਿੱਚੋਂ ਇੱਕ ਨੌਜਵਾਨ ਦੀ ਮੰਗਣੀ ਜਿਸ ਲੜਕੀ ਦੇ ਨਾਲ ਹੋਈ ਸੀ, ਆਰੋਪੀਆਂ ਦੇ ਵਿੱਚੋਂ ਇੱਕ ਨੌਜਵਾਨ ਦੀ ਉਸ ਲੜਕੀ ਦੇ ਨਾਲ ਮਿੱਤਰਤਾ ਸੀ। ਇਸੇ ਰੰਜਿਸ਼ ਦੇ ਵਿੱਚ ਆਰੋਪੀਆਂ ਦੇ ਵੱਲੋਂ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਮ੍ਰਿਤਕ ਆਪਣੇ ਦੋਸਤ ਦੇ ਨਾਲ ਆਰੋਪੀਆਂ ਨੂੰ ਸਮਝਾਉਣ ਗਿਆ ਸੀ, ਜਿੱਥੇ ਉਹਨਾਂ ਦੇ ਵੱਲੋਂ ਤੇਜ਼ ਧਾਰ ਹਥਿਆਰਾਂ ਦੇ ਨਾਲ ਦੋਵਾਂ ਦੋਸਤਾਂ ਦਾ ਕਤਲ ਕਰ ਦਿੱਤਾ ਗਿਆ। ਪੁਲਿਸ ਨੇ ਕਿਹਾ, ਪੁਲਿਸ ਕਮਿਸ਼ਨਰ ਨੇ ਕਿਹਾ ਕਿ ਆਰੋਪੀ ਪ੍ਰਵਾਸੀ ਹਨ, ਜੇਕਰ ਉਹ ਫਰਾਰ ਹੋ ਜਾਂਦੇ ਤਾਂ ਲੱਭਣ ਦੇ ਵਿੱਚ ਮੁਸ਼ਕਲ ਆਉਂਦੀ, ਪਰ ਪੁਲਿਸ ਨੇ ਮੁਸਤੈਦੀ ਵਰਤਦੇ ਹੋਏ 18 ਘੰਟਿਆਂ ਦੇ ਵਿੱਚ ਇਸ ਮਸਲੇ ਨੂੰ ਸੁਲਝਾ ਲਿਆ। ਇੱਕ ਜਿਹੜਾ ਕਿ ਬੜਾ ਦੋ ਯੰਗ ਲੜਕਿਆਂ ਨੂੰ ਇੱਕ ਇਹ ਹੋਇਆ ਸੀ ਵੀ ਅਬਡਕਟ ਕਿਸੇ ਨੇ ਕਰ ਲਿਆ, ਸਾਡੇ ਕੋਲ ਇੰਨੀ ਇਨਫੋਰਮੇਸ਼ਨ ਸੀ, ਅਸੀਂ ਪਰਚਾ ਦਰਜ ਕਰਤਾ। ਉਹ ਜਦੋਂ ਪਰਚੇ ਦੀ ਇਨਵੈਸਟੀਗੇਸ਼ਨ ਦੇ ਵਿੱਚ ਇਹ ਪਤਾ ਲੱਗਿਆ ਕਿ ਇਹ ਜਿਹੜੇ ਆ ਦੋ ਜਿਹੜੇ ਕਿ ਲੜਕੇ ਆ ਗੁਲਸ਼ਨ ਗੁਪਤਾ ਅਤੇ ਰਾਹੁਲ ਸਿੰਘ, ਇਹਨਾਂ ਦਾ ਜਿਹੜਾ ਉਹ ਮਰਡਰ ਜਿਹੜਾ ਕਰਕੇ ਇਹਨਾਂ ਦੀ ਡੈੱਡ ਬੋਡੀ ਆ ਜਿਹੜੀ ਉਹ ਨਾਲੇ ਦੇ ਕੋਲ ਡਿਸਪੋਜ਼ ਆਫ ਕਰ ਦਿੱਤੀ। ਲੁਧਿਆਣਾ ਪੁਲਿਸ ਵੱਲੋਂ ਇਸ ਅੰਨੇ ਕਤਲ ਨੂੰ ਬਾਕੀ ਕੇਸਾਂ ਵਾਂਗ, ਜਿਵੇਂ ਸਾਡਾ ਟਰੈਕ ਰਿਕਾਰਡ ਆ 12 ਘੰਟੇ 24 ਘੰਟੇ 18 ਘੰਟੇ, ਇਹਨੂੰ 16 ਘੰਟਿਆਂ ਦੇ ਵਿੱਚ ਪੰਜਾਂ ਵਿੱਚੋਂ 4 ਮੁਲਜ਼ਮ ਅਰੈਸਟ ਕਰ ਲਏ, ਜਿੱਥੇ ਡੈੱਡ ਬੋਡੀਜ਼ ਡਿਸਪੋਜ਼ ਕੀਤੀਆਂ ਸੀ ਉਹ ਰਿਕਵਰ ਕਰ ਲਈਆਂ, ਨਾਲ ਨਾਲ ਜਿਹੜਾ ਹੈਗਾ ਉਹਦੇ 'ਚ ਵੈਪਨ ਆਫ ਓਫੈਂਸ ਉਹ ਰਿਕਵਰ ਕਰ ਲਏ। ਵਜ੍ਹਾ ਰੰਜਿਸ਼ ਇਹ ਹੈ ਜਿਹੜੀ ਜਿਹੜਾ ਇਹਨਾਂ 'ਚ ਮੁੱਖ ਦੋਸ਼ੀ ਹੈਗਾ ਅਮਰ ਯਾਦਵ ਨੂੰ ਇੱਕ ਲੜਕੀ ਦੇ ਨਾਲ ਉਹਦੀ ਦੋਸਤੀ ਸੀ ਅਤੇ ਉਹਦਾ ਰਿਸ਼ਤਾ ਜਿਹੜਾ ਉਹ ਦੂਜੇ ਲੜਕੇ ਦੇ ਨਾਲ ਹੋ ਗਿਆ ਸੀ, ਜਿਹੜਾ ਕਿ ਰਾਹੁਲ ਸਿੰਘ ਦੇ ਨਾਲ ਰਿਸ਼ਤਾ ਹੋ ਗਿਆ ਸੀ, ਅਤੇ ਅਮਰ ਯਾਦਵ ਨੇ ਉਹਨੂੰ ਕਿਹਾ ਵੀ ਤੂੰ ਪਾਸੇ ਹਟ ਜਾ ਮੇਰੀ ਦੋਸਤੀ ਹੈ, ਅਤੇ ਰਾਹੁਲ ਨੇ ਕਿਹਾ ਵੀ ਮੇਰੇ ਨਾਲ ਮੰਗਣੀ ਹੋ ਗਈ ਇਹਦੀ ਤੂੰ ਪਾਸੇ ਹਟ ਜਾ। ਇਸੇ ਰੰਜਿਸ਼ ਦੇ ਵਿੱਚ ਅਮਰ ਸਿੰਘ ਹੁਣਾਂ ਨੇ ਇਹਨਾਂ ਨੂੰ ਬੁਲਾ ਕੇ ਉੱਥੇ ਉਹਦਾ ਜਿਹੜਾ ਹੈਗਾ ਰਾਹੁਲ ਸਿੰਘ ਦਾ ਕਤਲ ਕਰ ਦਿੱਤਾ, ਅਤੇ ਰਾਹੁਲ ਸਿੰਘ ਦੇ ਨਾਲ ਜਿਹੜਾ ਦੂਸਰਾ ਉਹਦਾ ਦੋਸਤ ਉਹਦਾ ਕੋਈ ਵੀ ਲੈਣਾ ਦੇਣਾ ਨਹੀਂ ਸੀ, ਉਹਨੂੰ ਵੀ ਇਸ ਰੰਜਿਸ਼ ਦੇ ਵਿੱਚ ਮਾਰਤਾ ਕਿਤੇ ਵੀ ਇਹ ਸਾਡੀ ਗੱਲ ਕਿਤੇ ਉਹਨੂੰ ਅੱਗੇ ਨਾ ਲੀਕ ਆਊਟ ਕਰਦੇ। ਅਤੇ ਇਹ ਜਿਹੜਾ ਸਾਰਾ ਇੰਸੀਡੈਂਟ ਹੈ ਇਹ ਰੋਇਲ ਗੈਸਟ ਹਾਊਸ ਹੈ ਜਿਹੜਾ ਇਹਦੇ 'ਚੋਂ ਭਾਮੀਆਂ ਦੇ ਵਿੱਚ ਉਹਨੂੰ ਹੈਗਾ, ਉੱਥੇ ਸਾਰਾ ਇੰਸੀਡੈਂਟ ਹੋਇਆ ਸੀ। ਅਸੀਂ ਸਾਰੇ ਅਕਿਊਜ਼ 4 ਅਕਿਊਜ਼ ਫੜ ਲਏ, 3 ਜਿਹੜੇ ਮੇਜਰ ਹੈ, 1 ਮਾਈਨਰ ਹੈ, 1 ਸਾਡਾ ਅਜੇ ਬੰਦਾ ਵਾਂਟਡ ਹੈ, ਪਰ ਮੁੱਖ ਮੁਲਜ਼ਮ ਉਹਦੇ 'ਚ ਫੜੇ ਗਏ। ਸਰ ਇਹਦੇ ਵਿੱਚ ਪਤਾ ਲੱਗਿਆ ਕਿ ਇੱਕ ਜਿਹੜੇ ਬੱਚੇ ਨੂੰ ਮਾਰਿਆ ਉਹਦੀ ਅੱਖਾਂ ਵੀ ਕੱਟ ਦਿੱਤੀਆਂ ਨਹੀਂ, ਇਹਦੇ 'ਚ ਕੋਈ ਇਹੋ ਜਿਹੀ ਉਹ ਗੱਲ ਨਹੀਂ ਹੋਈਗੀ। ਉਹ ਤਾਂ ਕਈ ਵਾਰੀ ਬੋਡੀ ਨੂੰ ਡਿਸਪੋਜ਼ ਆਫ ਕਰਦਿਆਂ ਉਹਦੇ 'ਚ ਹੁੰਦਾ, ਬੇਸਿਕਲੀ ਉਹਨੇ ਦਾਤਰ ਦੇ ਨਾਲ ਉਹਦੇ ਗਲੇ 'ਤੇ ਵਾਰ ਕਰਕੇ ਉਹਨੂੰ ਮਾਰਿਆ, ਫਿਰ ਦੂਜੇ ਬੰਦੇ ਨੂੰ ਵੀ ਉਹਦੇ ਨਾਲ ਹੀ ਇਹਦੇ ਨਾਲ ਦਾਤਰ ਨਾਲ ਹੀ ਇਹਦੇ 'ਚੋਂ ਉਹਨੂੰ ਮਾਰਿਆ। ਲੈ ਕੇ ਕਿੱਦਾਂ ਕਿਸੇ ਦੀ ਡੈੱਡ ਇਹਦੀ ਬੋਡੀ ਨੂੰ ਮੋਟਰਸਾਈਕਲ ਦੇ ਉੱਤੇ ਉਹ ਆਪਦੀ ਇਹਨਾਂ ਨੇ ਜਾ ਕੇ ਨਹਿਰ ਦੇ ਵਿੱਚ ਕੰਬਲ 'ਚ ਪਲੇਟ ਕੇ ਵਿੱਚ ਬਿਠਾ ਕੇ ਦੋ ਜਾਣੇ ਲਿਆ ਕੇ ਉਹਨੂੰ ਪਹਿਲੀ ਬੋਡੀ ਫਿਰ ਦੂਜੀ ਬੋਡੀ ਇਸ ਢੰਗ ਨਾਲ ਇਹਨੂੰ
ਡਿਸਪੋਜ਼ ਆਫ ਕਰਨਾ। ਜਿਹੜੀ ਜਿਹੜੀ ਮਰਨ ਵਾਲਿਆਂ ਦੀ ਦੋਨਾਂ ਦੀ ਉਮਰ ਹੈ ਜਿਹੜੀ 23-24 ਸਾਲ ਹੈ ਅਤੇ ਦੂਜੇ ਆ 19-20 ਸਾਲ ਦੇ ਲਗਭਗ ਜਿਹੜੇ ਮੁਲਜ਼ਮ ਹੈਗੇ, ਇੱਕ ਇਹਨਾਂ 'ਚੋਂ ਮਾਈਨਰ ਦੱਸਿਆ ਜਾਂਦਾ ਜਿਹੜਾ ਚੌਥਾ ਮੁਲਜ਼ਮ ਹੈ। ਨਹੀਂ, ਇਹਨਾਂ ਨੇ ਪਲੈਨ ਦੇ ਸੋਚੀ ਸੱਜੀ ਸਾਜਿਸ਼ ਦੇ ਤਹਿਤ ਉਹਨਾਂ ਨੂੰ ਐਕਚੁਲੀ ਜਿਹੜਾ ਹੈਗਾ ਉਹਦੇ 'ਚ ਉਹਨੂੰ ਜਿਹੜਾ ਹੈਗਾ ਰਾਹੁਲ ਉਹਨਾਂ ਨੂੰ ਗਿਆ ਸੀ, ਇਹਨਾਂ ਨੇ ਅਮਰ ਸਿੰਘ ਨੇ ਉਹਨੂੰ ਕਾਲ ਕਰ ਲਈ ਵੀ ਤੂੰ ਇੱਥੇ ਆ ਜਾ, ਅਤੇ ਰਾਹੁਲ ਗਿਆ ਸੀ ਵੀ ਮੈਂ ਉਹਨੂੰ ਡਰਾ ਕੇ ਆਊਂਗਾ ਵੀ ਤੂੰ ਇਹਦੇ ਪਾਸੇ ਅੜ ਜਾ, ਮੇਰੇ ਨਾਲ ਮੰਗਣੀ ਹੋ ਗਈ। ਪਰ ਅੱਗੋਂ ਉਹਨਾਂ ਦੀ ਤਿਆਰੀ ਸੀ, ਉਹਨਾਂ ਨੇ ਉਹਨੂੰ ਤਿੱਖੇ ਹਥਿਆਰ ਨਾਲ ਉਹਨੂੰ ਮਾਰ ਦਿੱਤਾ ਅਤੇ ਮੁੜ ਕੇ ਉਹਦੀ ਉਹਨੂੰ ਉਹਦੀ ਬੋਡੀ ਵੀ ਡਿਸਪੋਜ਼ ਆਫ ਕਰਤੀ। ਅਤੇ ਇਹਦੇ ਵਿੱਚ ਉਹਨੂੰ ਸਾਡੀ ਜਿਹੜੀ ਆ ਉਹਨੂੰ ਟੀਮ ਆ ਜਿਹੜੀ DCP ਰੂਰਲ ਜਿਹੜੇ ਜਸਕਿਰਨ ਤੇਜਾ, ਸੁਹੇਲ ਮੀਰ, ਸੰਦੀਪ ਵਡੇਰਾ ਅਤੇ ਸਾਡੇ SHO ਆ ਜਿਹੜੇ, ਉਹਨਾਂ ਨੇ ਇਸ ਗੱਲ ਦੇ ਵਿੱਚ ਬੜੀ ਸਖਤ ਮਿਹਨਤ ਕਰਕੇ ਇੱਕ ਬਹੁਤ ਹੀ ਔਖਾ ਅੰਨਾ ਕਤਲ ਹੈ ਜਿਹੜਾ 16 ਘੰਟਿਆਂ 'ਚ ਟਰੇਸ ਕਰਤਾ, ਉਹ ਲੁਧਿਆਣਾ ਪੁਲਿਸ ਦੇ ਰਿਕਾਰਡ ਨੂੰ ਉਵੇਂ ਹੀ ਮੇਨਟੇਨ ਕੀਤਾ ਵੀ ਜੇ ਲੁਧਿਆਣੇ ਕ੍ਰਾਈਮ ਕਰੋਗੇ ਸਾਡੀ ਤੁਹਾਡੇ 'ਤੇ ਨਿਗਾਹ, ਅਸੀਂ ਤੁਹਾਨੂੰ ਫੜ ਕੇ ਸਲਾਖਾਂ ਦੇ ਵਿੱਚ ਖਿੱਚ ਕੇ ਲੈ ਜਾਵਾਂਗੇ। ਇਸ ਟੀਮ ਲਈ ਮੈਂ ਜਿਹੜਾ ਰਿਵਾਰਡ, ਕਿਉਂਕਿ ਗੱਲ ਨਹੀਂ ਹੋ ਪਈ ਅੱਜ, DGP ਸਾਹਿਬ ਨੂੰ ਇਹਦਾ ਕੈਸ਼ ਰਿਵਾਰਡ ਦੀ ਮੈਂ ਰਿਕਮੈਂਡ ਕਰੂੰਗਾ। ਥੈਂਕ ਯੂ ਸੋ ਮਚ। SMZ ਨਿਊਜ਼ ਦੇ ਲਈ ਲੁਧਿਆਣਾ ਤੋਂ ਅਭਿਸ਼ੇਕ ਝਲੋਟਾ ਦੀ ਰਿਪੋਰਟ।